रिलीज़ तो पहला अमरिंदर गिल की पंजाबी फिल्म जिसनों प्रियंका चोपड़ा ने प्रोड्यूस किया है सरवन, काफ़ी चर्चा विद सी, काफ़ी एक्सपेक्टेशन सी फिल्म तो, पर रिलीज तो बाद द फिल्म हैज अगेन कमिंग न्यूज। किसी दे कोल कोई चीज़ एक्स्ट्रा भी है तो मैं वो चीज़ उहदे कोलों खोली, मेरा फायदा हो गया। जिंदगी च बस ना ये एक्स्ट्रा एक्स्ट्रा चीज़ां ही चुकनी है। ਸਾਡੇ ਨਾਲ ਹਨ ਫਿਲਮ ਦੇ ਡਾਇਰੈਕਟਰ ਕਰਨ ਗੁਲਿਆਨੀ। ਮੈਨੂੰ ਅੱਖ ਤਾਂ ਤੇਰਾ ਕਦੇ ਦਿਲ ਨਹੀਂ ਕੀਤਾ ਕੈਨੇਡਾ ਉਹਨੂੰ? ਮੈਂ ਦਿੱਤਾ ਸੀ ਪੇਪਰ ਦੋ ਵਾਰੀ ਪਰ ਰਹਿ ਗਈ। ਵੈਸੇ ਜਿਹੜੇ ਫੇਲ ਹੋ ਜਾਂਦੇ ਨਾ ਉਹਨਾਂ ਲਈ ਹੋਰ ਤਰੀਕੇ ਵੀ ਹੈਗੇ। ਐਹਸਾਨ ਨਹੀਂ ਚਾਹੀਦਾ ਮੈਨੂੰ ਕਿਸੇ ਦਾ, ਕਿਸੇ ਤੇ ਐਹਸਾਨ ਕਰ ਤੇ ਸਕਦੀ ਹਾਂ ਨਾ। ਪਿਆਰ ਤਾਂ ਰਿਸਪੌਂਸ ਤੁਹਾਨੂੰ ਵੀ ਉਸ ਤਰ੍ਹਾਂ ਦਾ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਐਕਸਪੈਕਟਡ ਸੀ ਤੇ ਸਾਨੂੰ ਵੀ ਨਹੀਂ ਮਿਲਿਆ, ਕੀ ਕਾਰਨ ਹੈ? ਮੈਨੂੰ ਤਾਂ ਲੱਗਦਾ ਹੈ ਕਿ ਅਸੀਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਰੱਖੀ ਸੀ। ਸਭ ਤੋਂ ਪਹਿਲਾਂ ਗੱਲ ਪੰਜਾਬੀ ਕਿਸੇ ਫਿਲਮ ਦੇ ਹਿਸਾਬ ਦੇ ਨਾਲ ਮੈਂ ਇਹ ਨਹੀਂ ਕਹਾਂ ਕਿ ਬਹੁਤ ਵਧੀਆ ਗਿਆ, ਲੇਕਿਨ ਇਟਸ ਨੋਟ ਬੈਡ ਆਲਸੋ, ਯੂ ਨੋ। ਸੋ ਯੈਸ, ਦੇਰ ਵਰ ਮੈਨੀ ਰੀਜ਼ਨਸ ਆਈ ਗੈਸ। ਆਈ ਥਿੰਕ ਇਟ ਵਾਸ ਨੋਟ ਪ੍ਰਮੋਟਿਡ ਵੈਲ ਬਾਈ ਦਾ ਲੀਡ ਆਰਟਿਸਟ। ਆਈ ਥਿੰਕ ਹੀ ਵਾਸ ਬਿਜ਼ੀ ਇਨ ਦਾ ਸ਼ੂਟਿੰਗ ਐਂਡ ਆਈ ਥਿੰਕ ਆਡੀਅੰਸ ਨੂੰ ਲੱਗਿਆ ਕਿ ਸਾਡਾ ਹੀਰੋ ਆਇਆ ਨੇ, ਉਹਨਾਂ ਨੂੰ ਕਪਿਲ ਦੇ ਸ਼ੋਅ 'ਤੇ ਨਹੀਂ ਆਇਆ। ਕਾਫੀ ਨਾਰਾਜ਼ ਸੀਗੇ, ਮੇਰੇ ਕੋਲ ਵੀ ਕਾਫੀ ਸਾਰੇ ਮੈਸੇਜਿਸ ਆਏ, ਮੈਨੂੰ ਲੱਗਦਾ ਕਾਫੀ ਸਾਰੀ ਚੀਜ਼ਾਂ ਉਸ ਨੂੰ ਲੈ ਕੇ ਵੀ ਸੀਗੀਆਂ। ਪਰ ਤੁਹਾਨੂੰ ਲੱਗਦਾ ਸਿਰਫ ਇੱਕ ਸ਼ੋਅ 'ਤੇ ਨਾ ਆਉਣ ਕਰਕੇ ਫਿਲਮ ਦਾ ਨਾ ਚੱਲਣਾ ਮਤਲਬ ਇੰਨੀ ਵੱਡੀ ਗੱਲ ਤਾਂ ਨਹੀਂ ਹੈ? ਮਤਲਬ ਅਮਰਿੰਦਰ ਗਿੱਲ ਵੈਸੇ ਵੀ ਆਪਣੀ ਫਿਲਮਾਂ ਦੀ ਘੱਟ ਹੀ ਪ੍ਰਮੋਸ਼ਨ ਕਰਦੇ, ਉਹਨਾਂ ਦਾ ਇੱਕ ਇਹ ਬਣਿਆ ਹੋਇਆ ਕਿ ਉਹ ਪ੍ਰਮੋਸ਼ਨ ਘੱਟ ਕਰਦੇ ਨੇ। ਦੈਨ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ, ਮੈਨੂੰ ਲੱਗਦਾ ਤੁਸੀਂ ਸਾਰੇ ਦੱਸੋਗੇ ਕਿਸ ਕਰਕੇ ਨਹੀਂ ਚੱਲੀ। ਹਾਲਾਂਕਿ ਮੈਂ ਅਗਰ ਤੁਸੀਂ ਗੱਲ ਕਰੋਗੇ ਓਵਰਸੀਜ਼, ਓਵਰਸੀਜ਼ ਤੋਂ ਬਹੁਤ ਵਧੀਆ ਗਈ ਹੈ ਫਿਲਮ, ਬਹੁਤ ਵਧੀਆ ਹੈਗੀ ਹੈ ਕਲੈਕਸ਼ਨਸ। ਹਾਂ, ਪੰਜਾਬ ਲੋਹੜੀ ਕਰਕੇ ਹੋ ਸਕਦਾ ਹੈ, ਅਗਲੇ ਦਿਨ ਫਿਰ ਇੱਕ ਫੈਸਟੀਵਲ ਸੀਗਾ ਅਤੇ ਠੰਡ ਬਹੁਤ ਪੈ ਰਹੀ ਆ, ਯੂ ਨੋ। ਹੁਣੀ ਤੁਸੀਂ ਮੇਰਾ ਇੰਟਰਵਿਊ ਕਰੋ, ਮੇਰੇ ਠੰਡ 'ਚ ਮੇਰੇ ਮੈਨੂੰ ਲੱਗਦਾ ਬੋਲੋ ਮੇਰੇ ਕੋਲ ਨਹੀਂ, ਪਰ ਲੋਹੜੀ ਕਰਕੇ ਤਾਂ ਹੋਰ ਚੱਲਣੀ ਚਾਹੀਦੀ ਸੀ। ਦੈਟਸ ਵਾਈ ਯੂ ਆਲਸੋ ਚੋਜ਼ ਲੋਹੜੀ ਟੂ ਰਿਲੀਜ਼ ਦਾ ਫਿਲਮ ਨਾ? ਓਨੈਸਟਲੀ ਮੈਨੂੰ ਨਹੀਂ ਪਤਾ ਅੱਜ ਤੱਕ ਕੀ ਸੀਗਾ ਸਭ ਕੁਛ ਆਡੀਅੰਸ। ਮੈਨੂੰ ਜਿਹਨੇ ਲੋਕਾਂ ਦੇ ਫੋਨ ਆਏ ਆ, ਜਿਹਨਾਂ ਦੇ ਮੈਸੇਜ ਆਏ, ਘੱਟ ਤੋਂ ਘੱਟ 2-3 ਹਜ਼ਾਰ ਮੈਸੇਜਿਸ ਮੇਰੇ ਕੋਲ ਆਏ ਆ। ਕੱਲ੍ਹ ਰਣਜੀਤ ਬਾਬਾ ਜੀ ਮੇਰੇ ਨਾਲ ਸੀਗੇ ਅਤੇ ਉਹਨਾਂ ਦੇ ਕੋਲ ਵੀ ਘੱਟ ਤੋਂ ਘੱਟ 20 ਹਜ਼ਾਰ ਮੈਸੇਜ ਆਏ। ਉਹ ਕਹਿੰਦੇ 18-20 ਹਜ਼ਾਰ ਮੈਸੇਜ ਆਇਆ, ਸਭ ਨੂੰ ਫਿਲਮ ਬਹੁਤ ਪਸੰਦ ਆਈ ਹੈ। ਪਰ ਜਿਵੇਂ ਆਪਾਂ ਕ੍ਰਿਟਿਕਸ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਵੀ ਕ੍ਰਿਟਿਕਸ ਨੇ, ਅਸੀਂ ਵੀ ਫਿਲਮ ਦਾ ਰਿਵਿਊ ਕੀਤਾ ਸੀ ਐਂਡ ਅਸੀਂ ਆਡੀਅੰਸ ਦਾ ਵੀ ਰਿਸਪੌਂਸ ਦਿੱਤਾ ਸੀ, ਉਹਨਾਂ ਨੂੰ ਸਟੋਰੀ ਟੈਲਿੰਗ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਲੱਗੀ, ਸਕ੍ਰਿਪਟ 'ਚ ਪ੍ਰੋਬਲਮ ਲੱਗੀ, ਡਾਇਰੈਕਸ਼ਨ 'ਚ ਪ੍ਰੋਬਲਮ ਲੱਗੀ। ਸੋ ਇਹ ਮੈਂ ਜਾਣਨਾ ਚਾਹੁੰਦੀ ਹਾਂ, ਬਿਕੋਜ਼ ਇਹ ਥੋੜ੍ਹੇ ਬਹੁਤੇ ਰਿਊਮਰਸ ਵੀ ਸੀਗੇ। ਪ੍ਰਿਯੰਕਾ ਨੇ ਵੀ ਇੱਕ ਵਾਰੀ ਟੋਰੋਂਟੋ ਦੇ ਟ੍ਰੇਲਰ ਲਾਂਚ ਵਿੱਚ ਕਿਹਾ ਸੀ ਕਿ ਸਕ੍ਰਿਪਟਿੰਗ ਵਿੱਚ 2 ਕਲੈਸ਼ਸ ਸੀਗੇ, ਹੈ ਨਾ। ਇੱਕ ਹੁੰਦਾ ਕਿ ਮੇ ਬੀ ਪ੍ਰਿਯੰਕਾ ਨੂੰ ਕੁਝ ਹੋਰ ਚਾਹੀਦਾ ਸੀ ਜਾਂ ਅੰਬਰਦੀਪ ਨੂੰ ਕੁਝ ਹੋਰ ਚਾਹੀਦਾ ਸੀ, ਸੋ ਇੱਦਾਂ ਦੀ ਕੋਈ ਗੱਲ ਸੀ ਜੀ? ਪਤਾ ਨਹੀਂ ਕਿਹੜੇ ਰੂਮਰ ਸੀਗੇ, ਮੈਨੂੰ ਵੀ ਨਹੀਂ ਪਤਾ। ਅਸੀਂ ਤਾਂ ਫਿਲਮ ਇੱਕ ਫੈਮਿਲੀ ਬਣ ਕੇ ਬਣਾਈ ਹੈ, ਇਨਫੈਕਟ ਸਾਡੇ 'ਚ ਆਪਸ 'ਚ ਬਹੁਤ ਪਿਆਰ ਹੈਗਾ ਪਰਸਨਲੀ, ਓਨੈਸਟਲੀ, ਯੂ ਨੋ, ਬਹੁਤ ਪਿਆਰ ਹੈਗਾ ਆਪਸ 'ਚ। ਅਸੀਂ ਅਮਰਿੰਦਰ ਭਾਅ ਜੀ, ਮੈਂ ਆਪਣੀ ਗੱਲ ਕਰਿਆ ਤਾਂ ਅਮਰਿੰਦਰ ਭਾਅ ਜੀ ਇਜ਼ ਲਾਈਕ, ਮੈਂ ਪਹਿਲੇ ਵੀ ਕਿਹਾ ਕਿ ਇਜ਼ ਲਾਈਕ ਰਜਨੀ ਅੰਨਾ ਆਫ ਪੰਜਾਬੀ ਇੰਡਸਟਰੀ, ਰਜਨੀਕਾਂਤ। ਇੱਕ ਬੰਦਾ ਜਿਸਨੂੰ ਹਰ ਬੰਦਾ ਪਿਆਰ ਕਰਦਾ ਹੈ, ਅਮਰਿੰਦਰ ਭਾਅ ਜੀ ਨੂੰ ਕੋਈ ਨਫ਼ਰਤ ਕਰ ਹੀ ਨਹੀਂ ਸਕਦਾ। ਜਿਵੇਂ ਅਮਰਿੰਦਰ ਨੇ ਸਾਡੇ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੇ ਫਿਲਮ ਨਹੀਂ ਵੇਖੀ ਹੈ, ਹੈ ਨਾ, ਐਂਡ ਹੋ ਸਕਦਾ ਹੈ ਕਿ ਉਹਨਾਂ ਨੂੰ ਜਿਹੜਾ ਫਾਈਨਲ ਪ੍ਰੋਡਕਟ ਸੀ ਉਹ ਕੀ ਸਾਰੀ ਟੀਮ ਨੂੰ ਪਸੰਦ ਆਇਆ ਸੀ ਜਾਂ ਉਸ 'ਚ ਕੋਈ ਪ੍ਰੋਬਲਮ ਸੀ? ਦੇਖੋ ਜੀ, ਨੋਰਮਲੀ ਕੀ ਹੁੰਦਾ, ਜਦੋਂ ਆਰਟਿਸਟ ਆ ਕੇ ਪਹਿਲਾਂ ਫਿਲਮ ਦੇਖਦਾ, ਉਸਦੇ ਬਾਅਦ ਉਸਦੀ ਡਬਿੰਗ ਕਰਦਾ, ਹੈ ਨਾ। ਅਤੇ ਅਗਰ ਫਾਈਨਲ ਪ੍ਰੋਡਕਟ ਨਹੀਂ ਪਸੰਦ ਆਇਆ ਹੁੰਦਾ ਤਾਂ ਡਬਿੰਗ ਕਿਉਂ ਕਰਦੇ ਸੀਗੇ? ਜੇ ਮੈਂ ਇਨਫੈਕਟ ਭਾਅ ਜੀ ਤੋਂ ਮੈਂ ਪੁੱਛਣਾ ਚਾਹੁੰਦਾ ਇਹ ਗੱਲ ਨੂੰ, ਭਾਅ ਜੀ ਨੇ ਗੱਲ ਕਹੀ ਹੈ ਜਿਹੜੀ ਆ ਕਿ ਮੈਂ ਫਿਲਮ ਹੀ ਨਹੀਂ ਦੇਖੀ, ਡਬਿੰਗ ਵੀ ਕੀਤੀ ਹੈ, ਆਪਾਂ ਫਿਲਮ ਵੀ ਦੇਖੀ ਹੈ, ਨਾਲੇ ਮਿਲ ਬਹਿ ਕੇ ਆਪਾਂ ਬਹੁਤ ਸਾਰੇ ਡਿਸੀਜਨ ਵੀ ਲੈਤੇ ਹਾਂ ਫਿਲਮ ਨੂੰ ਲੈ ਕਰ, ਕਿ ਆਪਾਂ ਇਹ ਐਡਿਟ ਕਰ ਦਈਏ, ਇਹਨੂੰ ਛੱਡ ਦਈਏ ਸੀਨ ਨੂੰ, ਜਾਂ ਇਹਨੂੰ ਪਾ ਦਈਏ, ਕੁਛ ਕਰ ਦਈਏ। ਅਮਰਿੰਦਰ ਭਾਈ ਦੇ ਰੈਗੂਲਰ ਸੁਜੈਸ਼ਨ ਸਾਡੇ ਕੋਲ ਆਉਂਦੇ ਰਹਿੰਦੇ ਸੀਗੇ, ਹੈ ਨਾ, ਅਮਰ ਭਾਈ ਜੀ ਹੋ ਗਏ, ਅਮਰਿੰਦਰ ਭਾਈ ਜੀ ਹੋ ਗਏ, ਅਸੀਂ ਮਿਲ ਕੇ ਕੀਤਾ ਸਭ ਕੁਛ, ਹੈ ਨਾ। ਮੈਂ ਹੈਰਾਨ ਹਾਂ ਕਿ ਭਾਅ ਜੀ ਨੇ ਇੱਦਾਂ ਦੀ ਗੱਲ ਕੀ ਕਹੀ, ਮੈਂ ਫਿਲਮ ਨਹੀਂ ਦੇਖੀ। ਮੈਨੂੰ ਇਨਫੈਕਟ ਇੱਕ ਕੁਸ਼ਚਨ ਮੈਂ ਭਾਅ ਜੀ ਕੋਲ ਪੁੱਛਣਾ ਚਾਹੁੰਦਾ, ਇਹ ਵੀ ਸੁਣਨ 'ਚ ਆਇਆ ਕਿ ਕੁਝ ਸੀਨ ਸ਼ੂਟ ਕੀਤੇ ਗਏ ਸੀ ਪਰ ਉਹ ਲੈ ਹੀ ਨਹੀਂ ਗਏ ਫਿਲਮ ਵਿੱਚ। ਇਸ ਬਹੁਤ ਸਾਰੇ ਸੀਨ ਇੱਦਾਂ ਦੇ ਸੀਗੇ, 2 ਸੀਨ ਇੱਦਾਂ ਦੇ ਸੀਗੇ ਜਿਹੜੇ ਅਸੀਂ ਕੱਟਤੇ। ਬੇਸਿਕਲੀ ਸਾਨੂੰ ਲੱਗਿਆ ਬੇਸਿਕਲੀ ਫਿਲਮ ਦੀ ਉਹ ਰਿਕੁਆਇਰਮੈਂਟ ਨਹੀਂ ਹੈ, ਫਿਲਮ ਦੇ ਸਬਜੈਕਟ ਤੋਂ ਉਹ ਚੀਜ਼ ਬਾਹਰ ਜਾ ਰਹੀ ਹੈ ਅਤੇ ਉਸਦੀ ਰਿਕੁਆਇਰਮੈਂਟ ਨਹੀਂ ਸੀਗੀ। ਯੈਸ, ਇੱਕ ਕਲਾਈਮੈਕਸ ਦਾ ਸੀਗਾ ਜਿਹੜਾ, ਉਹ ਅਸੀਂ ਟਾਈਮ ਕਰਕੇ ਉਹਨੂੰ ਸ਼ੂਟ ਨਹੀਂ ਕਰ ਪਾਏ, ਉਹ ਅੱਧਾ ਸੀਗਾ ਅਤੇ ਅੱਧਾ ਤਾਂ ਨਹੀਂ ਕਰ ਸਕਦੇ ਸੀ ਨਾ। ਪ੍ਰਿਯੰਕਾ ਚੋਪੜਾ ਦਾ ਹੁਣ ਕੀ ਰਿਐਕਸ਼ਨ ਹੈ? ਤੁਹਾਡੀ ਗੱਲ ਹੋਈ ਉਹਨਾਂ ਨਾਲ, ਉਹ ਖੁਸ਼ ਨੇ ਪ੍ਰੋਡਕਟ ਨਾਲ? ਬਿਕੋਜ਼ ਜਿਸ ਤਰ੍ਹਾਂ ਦਾ ਰਿਸਪੋਂਸ ਉਹ ਐਕਸਪੈਕਟ ਕਰ ਰਹੇ ਸੀ, ਉਹਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ, ਕੀ ਗੱਲ ਹੋਈ ਉਹਨਾਂ ਨਾਲ?
देखो जी, दो फिल्म बनाने दे वेले ना दो गल्लां होंदियां, एक फिल्म इज बिन मेड वेल नंबर वन एंड फिल्म इज बिन एप्रीशिएटेड ऑल ओवर, यू नो, तुसी एक दो क्रिटिक्स नु छड़ के, तुहानू इंक्लूडिंग है ना, छड़ के छड़ दो मैनू, पर आपा ऑडियंस नु नहीं छड़ सकदे ना, करन यू हैव टू अग्री ऑन दैट कि जेडी स्टोरी सी, जेड़ा डायरेक्शन सी या स्क्रिप्ट सी, उस विच लोकां नु बहुत प्रॉब्लम्स नजर आईयां ने। स्टोरी लाइन लाइक अगर 5 स्टार रेटिंग करते हैं अपन, तो आउट ऑफ 5 लाइक 2.5। मतलब बहुत वीक सी है, एक ट्रैक बिल्कुल ही अननेसेसरी सी है, एंड जाके कुछ पता ही नहीं लगेगा एंड किदा दा सीगा। स्टोरी है नहीं सी ज्यादा विच ओदे, तुसी 100% लोकां नु कैटर नहीं कर सकते, यू नो, तुसी जो भी मर्जी कुछ कर लो, 100% लोकी उस नाल कदे खुश नहीं होणगे। बॉक्स ऑफिस कलेक्शन ओ भी मैटर करदी है। एग्री। अमरिंदर भाई जी, बेशक पब्लिसिटी करन ना करन ओ दूजी गल आ, फिल्म कोई देखेगा बंदा तां पता लगेगा कितना दी फिल्म, उस तो पहले ओपनिंग कितनी नहीं लगे, उस पिछे की रीजन सीगा, मैनू लगदा सी शायद थोड़ा जा भाई तो मतलब ऑडियंस जड़ी हैगी ना, ऑडियंस नू असी कसी कदे टेक इट फॉर ग्रांटेड नहीं ले सकते, है ना, वो सानू प्यार कर दी अनकंडीशनल, है ना, और जेब तो पैसे खर्च कर दिए तां जाके टिकट देख दी, सिर्फ इसलिए क्योंकि वो उस आर्टिस्ट नू प्यार करती है ना, ते काफ़ी हद तक कपिल दे शो ते ना आना, यू नो, काफ़ी ऑडियंस मैंने काफ़ी, मैं हूँ ही पूरे पंजाब घूम के आया, छोटे छोटे पिंड छोटे छोटे मंडिया घूम के आया जिते फिल्म लगी हुई है, मैं ऑडियंस नाल गल करन दी कोशिश भी की, अपनी आइडेंटिटी छुपा के मैं कौन है कौन नहीं है, तो गल हुई कहते यार अमरिंदर भाई तो आए नहीं, कपिल तो इदा थोड़ी ना आता यार, वो कितने ना एक ऑडियंस थोड़ी सी नाराज हैगी उस चीज़ तो, यू नो, उन्होंने लगता सीगा कि कपिल भी अपने पंजाब के है, सारे पंजाबी उत्ते इकट्ठे हुए थे, उत्ते अमरिंदर भाई ने असी बड़ा मिस किया, तो ऑडियंस भी बड़ा मिस किया, इस करके थोड़ी जी सी अपसेट मैं इदा लगता। एक होर गल करन, मैं भी वो शो वेख्या सी, अमरिंदर नहीं आए जो भी रीजन सी उन्होंने, पर अमरिंदर गिल का नाँ भी नहीं कितने भी लिया गया शो दौरान कि ये अमरिंदर, बिकॉज ही इज़ अ लीड एक्टर है ना, सो एक उस तौर पर उन्होंने वो पहचान भी नहीं मिली, जिवें रंजीत बाबा आए सी, सिमी चाहल गई सी, चलो वो लोग तो सीगे ही, पर अमरिंदर गिल का जिक्र भी नहीं किया गया। वैल मैनू इदा लगता है जो असं शूट कर रहे थे बकायदा लिता गया से, बहुत सारी गल्लां बातें हुई सीगिया, ठीक है, बाकी जो एडिट होंगे वो तो सोनी टीवी उन्होंने पता है कि किना करना है कि नहीं करना है, सोनी टीवी भी मेरे ख्याल तो काफ़ी एक्सपैक्ट कर रहे थे कि अमरिंदर भाई जी आएंगे उस शो पर, है ना, तो अगर तुम देखोगे येगा बेसिकली असं गए थे फिल्म प्रमोट करन वास्ते, सरवन प्रमोट करन वास्ते गए थे, वो बाद फिर एक साडे प्रोड्यूसर जिहड़े प्रियंका जी हैगे, बहुत वड्डे ब्रांड हैगे आ, बहुत वड्डा ब्रांड हैगा, तो हर बंदा चाहता है कि जिन्ना वो ब्रांड नाल होएगा, तो उन्होंने उस चीज़ को ज़्यादा करके ना सरवन को बहुत छोटा वो करता, है ना, वो इस करके क्योंकि पूरी स्टारकास्ट पूरी नहीं सी, तो इस करके उन्होंने लगे कि जिहड़ा एपीसोड तो उन्होंने भी चलाना है ना, दिखाना है उन्होंने, भी फन चाहिए उस एपीसोड, है ना, तो वो नाल होंदे काफ़ी मज़ा आता सी बेसिकली। सो मैं फिर एक बार आखिरी सवाल मेरा यही पूछांगी, क्योंकि अमरिंदर गिल ते अमरदीप दी जोड़ी जी है पंजाबी सिनेमा दी सुपरहिट जोड़ी है ना, जिन्हिया भी फिल्म आई थिंक बहुत टाइम तो उन्होंने कोई फ्लॉप फिल्म नहीं वेखी, गोरिया नू दफा करो, उस तो बाद अंग्रेज, उस तो बाद लव पंजाब, सो उन्हां तो सारे बहुत एक्सपैक्टेशन हैं, प्रियंका चोपड़ा तो बहुत एक्सपैक्टेशन सन तुहाडे तो सन, सो की मेन की कारण तुहानू लगता है रहा कि जो रिस्पोंस एक्सपैक्टेड सी वो नहीं मिलिया? तुसी फिल्म बनांदे हो, तुसी एक बींग डायरेक्टर तुहानू लगता नहीं यार ये रह गया यार एक और चीज़ रह गई, वो कदे भी पूरा नहीं होंदा, मैनू कई बार जदों आप अपने आप तो सवाल करते हो ना इस गल नू, तो लगता कि नहीं यार ये होर कर लेंदा सी, काश काश किदां कर लेंदा सीगा, कुछ कर लेंदा सीगा, इदां कर लेंदा सीगा, वो फिल्म रिलीज होने के बाद भी मेरे ख्याल तो हर तुसी अंग्रेज़ की गल करोगे, तुसी गोरियन दफा कर करोगे, तुसी लव पंजाब की गल करोगे, हर वेले यही होंदा होना हर डायरेक्टर दे नाल कि यार ये कर लेंदा सीगा, नहीं नहीं ये होर कर लेंदा सीगा, दो फिल्म हिट है, इस फिल्म में मैंने इतना लगा कि नहीं नहीं यार होर इतना कर लेंदे सीगे शायद अपन। इस दिन साडे नाल सरवन दे डायरेक्टर करण गोलियानी जिहड़े कह रहे ने कि ओ अपनी फिल्म तो सैटिस्फाइड ने, अपनी फिल्म ते प्राउड ने, हालांकि उन्होंने इस गल नाल इन्ना फर्क नहीं पैंदा कि उसकी बॉक्स ऑफिस कलेक्शन की हुई, जा कुछ लोग जो नैगेटिव फिल्म बारे बोल रहे हैं वो की बोल रहे हैं। कैमरा पर्सन अमित के नाल ताहिरा भसीन, EBP सांझा, चंडीगढ़।